ਜਾਂ ਤਾਂ ਵਿਲੱਖਣ ਸਵਾਗਤ ਨਾਲ ਜਾਂ ਆਕਰਸ਼ਕ ਸ਼ਬਦਾਂ ਦੇ ਨਾਲ ਭਾਰਤੀ ਪ੍ਰਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਤਰਰਾਸ਼ਟਰੀ ਦੌਰਿਆਂ ਤੇ ਹੋਣ ਤੇ ਉਹਨਾਂ ਦਾ ਸਵਾਗਤ ਕਰਨ ਦਾ ਕੋਈ ਮੌਕਾ ਕਦੇ ਨਹੀਂ ਗਵਾਉਂਦੇ। ਇਸ ਵਾਰ ਵੀ ਕੋਈ ਵੱਖਰਾ ਨਾ ਹੋਣ ਦੇ ਨਾਲ ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਭਾਰਤੀ ਮੂਲ ਵਾਲਾ ਰੈਸਟੋਰੈਂਟ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਮੋਦੀ ਜੀ ਥਾਲੀ ਲੈ ਕੇ ਆਇਆ ਹੈ। ਮੋਦੀ ਜੀ ਥਾਲੀ ਭਾਰਤੀ ਪਕਵਾਨ ਦਾ ਸੰਪੂਰਨ ਮੇਲ ਹੈ ਜੋ ਭਾਰਤੀ ਮਸਾਲਿਆਂ ਦਾ ਸਵਾਦ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਮੂੰਹ ਨੂੰ ਪਾਣੀ ਦੇਣ ਵਾਲਾ ਸਾਬਿਤ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦੀ 21 ਜੂਨ ਤੋਂ 24 ਜੂਨ ਤੱਕ ਹੋਣ ਵਾਲੀ ਅਮਰੀਕਾ ਦੀ ਆਗਾਮੀ ਅਧਿਕਾਰਿਕ ਯਾਤਰਾ ਕਾਰਨ ਉਤਸ਼ਾਹ ਸਿਖਰ ਤੇ ਹੈ। अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक करो। नमस्कार, मेरा नाम श्रीपद कुलकर्णी, मैं एडिसन से न्यू जर्सी एडिसन से बात कर रहा हूँ और हमने आपके लिए ये स्पेशल थाली बनाई है इंडियन कम्युनिटी के डिमांड पे। ये मोदी जी थाली है तो इसमें हमने बनाया है खिचड़ी, फिर बनाया है रसगुल्ला, सरसों का साग, दम आलू कश्मीरी, इडली, मराठी ये है कोथिंबीर वड़ी, फिर बनाया है ढोकला, छाछ, पापड़, ये सब हमने आपके लिए बनाया है और ये हमारे लोगों ने ट्राई भी किया है।